ਜੇ ਉਹ ਕੋਈ ਮੈਨੂੰ ਅਰੈਸਟ ਕਰਨਾ ਚਾਹੁੰਦੇ ਦੇ ਕੇ ਕੰਮ ਆ ਸਕਦੇ ਆ, ਮੈਂ ਕਿਹੜਾ ਮੁੱਕਰਦਾ ਇਸ ਗੱਲ ਤੋਂ, ਜਾਂ ਮੈਂ ਭੱਜਦਾ ਜਾਂ ਮੈਂ ਡਰਦਾ ਉਹਨਾਂ ਦੇ ਕੋਲੋਂ ਵੀ, ਮੈਂ ਡਰ ਕੇ ਭੱਜ ਲੂੰਗਾ ਉਹਨਾਂ ਦੇ ਕੋਲੋਂ। ਮੈਂ ਜਿਹੜੀ ਗੱਲ ਕਹੀ ਆ, ਮੈਂ ਮੀਡੀਆ ਦੀ ਹਾਜ਼ਰੀ ਦੇ ਵਿੱਚ ਉਸ ਪੀੜਤ ਪਰਿਵਾਰ ਜਿਹਦਾ ਇੱਕ ਵਿਅਕਤੀ ਇਸ ਦੁਕਾਨ ਦੇ ਵਿੱਚ ਮੌਤ ਦੇ ਮੂੰਹ 'ਚ ਚਲਿਆ ਗਿਆ, ਡੈੱਡ ਬੋਡੀ ਨਹੀਂ ਮਿਲ ਰਹੀ, ਅਤੇ ਡੀ ਸੀ ਸਾਹਿਬ ਕੀ ਕਹਿ ਰਹੇ, ਡੀ ਸਾਹਿਬ ਉਹਨਾਂ ਨੂੰ ਇਨਸਲਟ ਕਰ ਰਿਹਾ, ਬਾਹਰ ਨਿਕਲੋ ਬਾਹਰ ਨਿਕਲੋ, ਤੁਹਾਨੂੰ ਅੰਦਰ ਕਿਹਨੇ ਵੜਿਆ। ਸੋ ਇਹ ਇੱਕ ਪਬਲਿਕ ਨੁਮਾਇੰਦੇ ਹੋਣ ਦੀ ਡਿਊਟੀ ਅਤੇ ਫਰਜ਼ ਅਦਾ ਕੀਤਾ। ਮੈਂ ਸਿਰਫ ਇੰਨੇ ਕਿਹਾ ਵੀ ਡੀ ਸੀ ਸਾਹਿਬ ਇਹ ਕਿਹੜਾ ਤੁਹਾਡੇ ਬਾਪ ਦਾ ਦਫ਼ਤਰ ਹੈਗਾ, ਹੁਣ ਤੁਸੀਂ ਇਹਨੂੰ 353 ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ 451 ਅਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਸਿਟੀ ਸੈਂਟਰ ਸਕੈਮ ਦੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਆ, ਕੋਈ ਪੰਜਾਬ ਦੇ ਵਿੱਚੋਂ ਨਹੀਂ ਉੱਠਿਆ। ਉਹ ਸਿਮਰਜੀਤ ਬੈਂਸ ਆ ਜਿਹਨੇ ਚੈਲੰਜ ਕੀਤਾ ਕਿ ਜਿਹੜੀ ਵਿਜੀਲੈਂਸ ਪੁਲਿਸ ਕੈਂਸਲੇਸ਼ਨ ਰਿਪੋਰਟ ਦੇ ਰਹੀ ਆ ਗਲਤ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਕਰੋੜੀ ਸਕੈਮ ਕੀਤਾ, ਉਹ ਟ੍ਰਾਇਲ ਫੇਸ ਕਰਨ। 19-9 ਜਿਹੜੀ ਉਹ ਸਾਡੀ ਹਾਈ ਕੋਰਟ ਦੇ ਵਿੱਚ ਹੈਗੀ ਹੈ ਕੈਂਸਲੇਸ਼ਨ ਨੂੰ ਰੋਕਣ ਵਾਸਤੇ।